ਵੈਸੇ ਓਵਰਆਲ ਜਦੋਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਜਾਂ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਕਿਤੇ ਲੈ ਕੇ ਜਾਣਾ ਚਾਹੀਦਾ, ਕਿਹੜੀ ਜਗ੍ਹਾ ਤੁਹਾਨੂੰ ਲੱਗਦੀ ਜਾਂ ਕਿੱਥੇ ਬੱਚਿਆਂ ਨੂੰ ਘੁਮਾਉਣਾ ਚਾਹੀਦਾ ਆ? ਮਲਾਲੀ ਹਿਲ ਸਟੇਸ਼ਨ, ਪਹਾੜੀ ਇਲਾਕੇ 'ਚ। ਪਹਾੜੀ ਇਲਾਕੇ 'ਚ ਹੀ ਕਿਉਂ ਜਾਂਦਿਆਂ ਨੂੰ ਭਾਵੇਂ ਮੌਲਸ ਵਾਲੀ ਜਗ੍ਹਾ ਜੈਸੇ ਸਿਟੀ ਵਗੈਰਾ ਮੈਂ। ਅੱਛਾ ਠੀਕ ਹੈ, ਬਿਲਡਿੰਗਸ ਜ਼ਿਆਦਾ। ਤੁਸੀਂ ਹੁਣ ਮਜਬੂਰੀ ਨਾ ਆਏ ਹੋ ਨਾ, ਤੁਹਾਡੇ ਹਸਬੈਂਡ ਨੇ ਫਸਾਤਾ, ਆਪ ਉਧਰ ਨੂੰ ਚਲੇ ਗਏ। ਉਹੀ ਮੈਂ ਦੇਖ ਰਹੀ ਸੀ, ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਗੱਲ ਕਰੋ, ਜੇ ਤੁਸੀਂ ਇੱਧਰ ਖੜੇ ਹੁੰਦੇ ਤੇ ਅੱਗੇ ਘੁੰਮ ਕੇ ਆਣਾ ਸੀਗਾ। ਟੀਚਰ ਨਾ ਆਪਣੀ ਸੁਖਣਾ ਸੁਖੀ ਹੁੰਦੀ, ਬੱਚਿਆਂ ਨੂੰ ਕਹਿੰਦੇ ਇੰਨੇ ਇੰਨੇ ਪੈਸੇ ਪਾਓ ਤੇ ਸੁਖਣਾ ਆਪਣੀ ਲਾਇਆ ਹੁੰਦੇ। ਸਾਡੀ ਸਾਇੰਸ ਵਾਲੀ ਮੈਡਮ ਸਾਨੂੰ ਬਹੁਤ ਵਧੀਆ ਪੜ੍ਹਾਉਂਦੇ ਹੁੰਦੇ ਸੀ, ਪਰ ਅਸੀਂ ਨਲਾਇਕ ਹੁੰਦੇ ਸੀ, ਪੜ੍ਹਦੇ ਨਹੀਂ ਹੁੰਦੇ ਸੀ। ਬੜੇ ਵਧੀਆ ਮੈਡਮ ਸੀਗੇ ਉਹ, ਪਰ ਅਸੀਂ ਸਾਰਿਆਂ ਨੇ ਰਵਾਤਾ ਸੀ, ਸਾਰੇ ਫੇਲ ਹੋ ਗਏ ਸੀ। ਨਾਲ ਨਾਲ ਫਿਰ ਜਿਹੜੀਆਂ ਮੰਮੀਆਂ ਹੁੰਦੀਆਂ, ਟੱਬਰ ਹੁੰਦਾ, ਉਹ ਵੀ ਲਾਹਾ ਲੈ ਲੈਂਦੇ। ਹਾਂਜੀ। ਅੱਛਾ, ਜ਼ਿਆਦਾ ਰਸ਼ ਕਦੋਂ ਹੁੰਦਾ? ਜਦੋਂ ਤੁਸੀਂ ਆ ਜਾਂਦੇ ਹੋ। ਮੈਂ ਤਾਂ ਆਈ ਪਹਿਲੀ ਵਾਰੀ, ਤਾਂ ਹੀ ਤਾਂ ਰਸ਼ ਆਇਆ ਜੀ। ਤੇ ਤੁਹਾਨੂੰ ਇੱਥੇ ਕੀ ਵਧੀਆ ਲੱਗਦਾ? ਡਰਿੰਕ ਕਰਨਾ। ਕੀ ਦਰ ਦੁੱਖ ਗਮ ਜਿਹੜਾ ਭਰਿਆ ਪਿਆ? ਬਸ ਜੀ, ਘਰ ਵਾਲੇ ਦੁਖੀ ਕਰਦੇ ਬੰਦੇ ਰਹਿ ਜਾਂਦੇ। ਘਰ ਵਾਲੇ ਕਿ ਉਹਨੂੰ ਪਿਆਰੀ ਪਾ ਦਈਏ? ਘਰ ਵਾਲੀ ਦੋਨਾਂ ਦਾ ਨਾਮ ਲੈ, ਫਿਰ ਬੰਦਾ ਕੀ ਕਰੇ ਹੁਣ? ਜਨਾਨੀ ਕੀ ਕਰੇ, ਬੰਦਾ ਤਾਂ ਪੀ ਕੇ ਰੱਜ ਜਾਂਦਾ। ਮੈਂ ਤਾਂ ਕਹਿੰਦਾ ਨਾਲ ਬਹਿ ਜਾ ਕਰ। ਵਿਊਜ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਿਸਵਾ ਇੱਥੇ ਜਿਹੜਾ ਡੈਮ ਆ ਉੱਥੇ ਆਏ ਹਾਂ ਜੀ, ਬੱਚੇ ਵੀ ਆਏ ਨੇ, ਫੈਮਲੀਜ਼ ਵੀ ਆਈਆਂ, ਜੋੜੀਆਂ ਵੀ ਆਈਆਂ ਹੋਈਆਂ, ਇੱਧਰ ਉੱਧਰ ਘੁੰਮਦੀਆਂ ਪਈਆਂ। ਗੱਲਾਂ ਬਾਤਾਂ ਸਾਰਿਆਂ ਦੇ ਨਾਲ ਕਰਨੀ ਆ, ਕਿਉਂਕਿ ਇੱਥੇ ਫੈਮਲੀ ਬੈਠੀ, ਸ਼ੁਰੂਆਤ ਇੱਥੋਂ ਹੀ ਕਰਦੀ ਹਾਂ। ਮੈਂ ਤੁਹਾਡੇ ਤੋਂ ਹੀ ਪਹਿਲਾਂ ਪੁੱਛੂੰਗੀ ਮੈਮ ਕਿ ਜਦੋਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ, ਸਭ ਤੋਂ ਵਧੀਆ ਜਗ੍ਹਾ ਜਾਂ ਕਿਹੜੀ, ਮਤਲਬ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਇੱਦਾਂ ਦੀ ਜਗ੍ਹਾ 'ਤੇ ਲੈ ਕੇ ਜਾਣਾ ਚਾਹੀਦਾ ਆ? ਸਾਨੂੰ ਤਾਂ ਐਕਚੁਅਲੀ ਮੇਰੀ ਬੇਟੀ ਨੇ ਛੁੱਟੀਆਂ ਹੋਈਆਂ ਅਤੇ ਨੇ ਯੂਟਿਊਬ 'ਤੇ ਦੇਖਿਆ, ਕਹਿੰਦੀ ਮੰਮਾ ਚੰਡੀਗੜ੍ਹ ਦੇ ਨੇੜੇ ਕੀ ਵਧੀਆ, ਕਿਉਂਕਿ ਲੇਕ ਵਗੈਰਾ ਤਾਂ ਸਾਰਿਆਂ ਨੂੰ ਪਤਾ ਹੈਗਾ ਫੇਮਸ ਹੈ। ਅਤੇ ਇਹਨੇ ਯੂਟਿਊਬ 'ਤੇ ਸਰਚ ਕੀਤਾ ਅਤੇ ਉਹ ਪਿੱਛੇ ਪਈ ਸੀ, ਇਹਨੇ ਆਪਣੀ ਫਰੈਂਡਸ ਤੋਂ ਵੀ ਰਿਵਿਊ ਲਿਆਏ ਕਿ ਕਿਵੇਂ ਜਗ੍ਹਾ ਹੈ, ਅਤੇ ਇਹਨੇ ਕਾਫੀ ਅੱਛਾ ਮੰਮਾ ਕਹਿ ਰਹੀ ਸੀ। ਮੈਂ ਕਿਹਾ ਆਪਣਾ ਜਾਣਾ ਵੇਸਟ ਨਾ ਹੋਵੇ, ਇੰਨੀ ਦੂਰ ਜਾਈਏ ਵੀ, ਫਿਰ ਅਸੀਂ ਕਹੀਏ ਇੰਨੀ ਗਰਮੀ ਹੈ, ਫਿਰ ਆ ਗਿਆ ਅਸੀਂ। ਲੇਕਿਨ ਇਹਨੇ ਫੀਡਬੈਕ ਲਿੱਤਾ ਆਪਣੀ ਫਰੈਂਡ ਤੋਂ ਅਤੇ ਉਹਨੇ ਵੀ ਬੜਾ ਅੱਛਾ, ਕਹਿੰਦੀ ਨਹੀਂ ਤੂੰ ਜਾਏਂਗੀ, ਵਧੀਆ, ਬਹੁਤ ਸਕੂਨ ਵਾਲੀ ਜਗ੍ਹਾ ਹੈਗੀ ਹੈ। ਕਿੱਦਾਂ ਦੀ ਲੱਗੀ? ਬਹੁਤ ਵਧੀਆ, ਬਹੁਤ ਵਧੀਆ। ਹਾਂ, ਜਿਵੇਂ ਅਸੀਂ ਬੈਠੇ ਹਾਂ, ਇੰਜੋਏ ਕਰ ਰਹੇ ਹਾਂ, ਬਿਲਕੁਲ ਫੈਮਲੀ ਨਾਲ ਬਹੁਤ ਮਜ਼ਾ ਆਉਂਦਾ ਹੈ, ਬਿਲਕੁਲ ਸਾਫ਼ ਸਫਾਈ ਹੈ, ਗ੍ਰੀਨਰੀ ਹੈਗੀ ਹੈ, ਸਕੂਨ ਦਿੰਦੀ ਹੈਗੀ ਹੈ ਜਗ੍ਹਾ। ਓਕੇ, ਹਾਂਜੀ, ਠੀਕ ਹੈ। ਤੁਸੀਂ ਕਿਹੜੀ ਕਲਾਸ 'ਚ ਹੋ? ਮੈਂ ਪਲੱਸ ਵਨ 'ਚ। ਤੁਸੀਂ? ਮੈਂ 8th 6th ਪਲੱਸ ਵਨ। ਓਕੇ, ਠੀਕ ਹੈ। ਮੈਂ ਤੁਹਾਨੂੰ ਵੀ ਸਾਰੇ ਬੱਚਿਆਂ ਨੂੰ ਪੁੱਛੂੰਗੀ, ਤੁਹਾਨੂੰ ਕਿਹੜੀ ਕਿੱਦਾਂ ਦੀ ਜਗ੍ਹਾ 'ਤੇ ਜ਼ਿਆਦਾ ਵਧੀਆ ਘੁੰਮਣਾ ਲੱਗਦਾ ਆ, ਇਸ ਤੋਂ ਇਲਾਵਾ ਜਾਂ ਇਨਕਲੂਡਿੰਗ ਇਹ ਪਲੇਸ? ਜਹਾਂ ਪਰ ਥੋੜ੍ਹੇ ਸੇ ਮਾਊਂਟੇਨਸ ਹੋ ਜਾਂ ਗ੍ਰੀਨਰੀ ਹੋ, ਹਿੱਲੀ ਏਰੀਆਜ਼ ਹੋ। ਠੀਕ ਹੈ, ਅਤੇ ਉਹ ਸਾਰੀ ਮਤਲਬ ਕਿ ਚੀਜ਼ ਇੱਥੇ ਕਵਰ ਹੋ ਗਈ ਆ, ਪੂਰੀ ਹੋ ਗਈ ਆ, ਹੈ ਨਾ? ਗ੍ਰੀਨਰੀ ਵੀ ਆ ਅਤੇ ਮਾਊਂਟੇਨਸ ਵੀ ਦਿਖਦੇ ਆ ਤੁਹਾਨੂੰ? ਗਾਰਡਨਸ ਵਾਲੀ ਜਗ੍ਹਾ। ਓਕੇ, ਜਿੱਦਾਂ ਇੱਥੇ ਹੈਗਾ ਹੀ ਆ, ਹੈ ਨਾ, ਕਾਕੂ ਹੈਗਾ ਆ ਇੱਥੇ। ਹਾਂਜੀ। ਓਕੇ, ਅਤੇ ਤੁਹਾਨੂੰ? ਫਲਾਵਰ ਐਂਡ ਗ੍ਰੀਨਰੀ। ਓਕੇ, ਠੀਕ ਹੈ। ਪੱਕਾ ਇਹੀ ਹੈ ਕਿ ਸਾਰਿਆਂ ਨੂੰ ਤੁਸੀਂ ਜੋ ਬੋਲਦੇ ਹੋ ਹੀ ਬੋਲੀ ਜਾਂਦੇ? ਇਹੀ ਹੈ। ਓਕੇ, ਤੁਸੀਂ? ਮਾਲਸ ਵਾਲੀ ਜਗ੍ਹਾ ਜੈਸੇ ਸਿਟੀ ਵਗੈਰਾ ਮੈਂ। ਅੱਛਾ, ਠੀਕ ਹੈ, ਬਿਲਡਿੰਗਸ ਜ਼ਿਆਦਾ। ਤੁਸੀਂ ਹੁਣ ਮਜਬੂਰੀ ਨਾ ਆਏ ਹੋ ਨਾ ਇੱਥੇ, ਵਧੀਆ ਲੱਗਾ ਸਾਰੇ ਬੱਚਿਆਂ ਨੇ ਕਿਹਾ ਵਾਓ, ਅਸੀਂ ਸਹੀ ਜਗ੍ਹਾ ਤੇ ਆ ਗਏ ਹੈਗੇ ਆ। ਮੈਂ ਕਿਹਾ ਸ਼ੁਕਰ ਹੈ, ਤੁਹਾਨੂੰ ਪਸੰਦ ਆ ਗਈ ਜਗ੍ਹਾ। ਅੱਛਾ, ਤੇ ਤੁਹਾਨੂੰ? ਜਹਾਂ ਪੇ ਫੈਮਿਲੀ ਕੇ ਸਾਥ ਟਾਈਮ ਸਪੈਂਡ ਕਰਨੇ ਕਾ ਚਾਂਸ ਮਿਲੇ, ਮਤਲਬ ਫੈਮਿਲੀ ਦੇ ਨਾਲ ਜਿੱਥੇ ਮਰਜ਼ੀ ਚਲ ਜਾਓ, ਉਹੀ ਜਗ੍ਹਾ ਤੁਹਾਡੇ ਲਈ ਵਧੀਆ ਆ। ਓਕੇ, ਕਿੱਦਾਂ ਜੀ, ਠੀਕ ਹੋ? ਹਾਂਜੀ। ਕਿੱਥੋਂ ਦੇ ਹੋ? ਖਰੜ, ਸਨੀ ਇਨਕਲੇਵ। ਓਕੇ, ਠੀਕ ਹੈ, ਤਾਂ ਬੈਕਗ੍ਰਾਉਂਡ ਵੀ ਉੱਥੋਂ ਦਾ ਹੀ ਹੈ? ਨਹੀਂ, ਮੈਂ ਦਿੱਲੀ ਸੀ। ਦਿੱਲੀ ਤੋਂ? ਅਤੇ ਕੀ ਕਰਦੇ ਹੋ? ਮੈਂ ਹਾਊਸ ਵਾਈਫ। ਅਤੇ ਇੱਥੇ ਸਿਸਵਾ ਪਹਿਲਾਂ ਵੀ ਆਏ ਹੋ ਕਿ ਪਹਿਲੀ ਵਾਰ ਆਏ? ਨੋ, ਮਾਈ ਫਸਟ ਟਾਈਮ। ਕਿੱਦਾਂ ਦਾ ਲੱਗਿਆ ਇੱਥੇ ਆ ਕੇ? ਕੀ ਵਧੀਆ ਲੱਗਾ? ਅੱਛਾ ਹੈ, ਨੈਚੁਰਲ ਹੈ। ਸਭ ਤੋਂ ਵਧੀਆ ਕੀ ਲੱਗਾ? ਯਹਾਂ ਪੇ ਗ੍ਰੀਨਰੀ ਕਾਫੀ ਅੱਛੀ ਹੈ। ਓਕੇ, ਤੁਹਾਨੂੰ ਕਿੱਥੇ ਵਧੀਆ ਲੱਗਾ? ਯਾ, ਬੋਟਿੰਗ ਮੇਰੇ ਵਰਲਡ ਅੱਛੀ ਲੱਗੀ। ਅੱਛੀ ਲੱਗੀ, ਕਿਹੜੀ ਕਲਾਸ 'ਚ? ਫਸਟ। ਓਕੇ, ਮੈਂ ਨਾ ਤੁਹਾਨੂੰ ਇਹ ਪੁੱਛਣਾ ਆ, ਜਿੱਦਾਂ ਕਿਉਂਕਿ ਤੁਸੀਂ ਬੱਚਿਆਂ ਨੂੰ ਇੱਥੇ ਘੁਮਾਉਣ ਆਏ ਹੋ, ਵੈਸੇ ਓਵਰਆਲ ਜਦੋਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਜਾਂ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਕਿਤੇ ਲੈ ਕੇ ਜਾਣਾ ਚਾਹੀਦਾ, ਕਿਹੜੀ ਜਗ੍ਹਾ ਤੁਹਾਨੂੰ ਲੱਗਦੀ ਜਾਂ ਕਿੱਥੇ ਬੱਚਿਆਂ ਨੂੰ ਘੁਮਾਉਣਾ ਚਾਹੀਦਾ ਆ? ਚੰਡੀਗੜ੍ਹ। ਕਿਤੇ ਵੀ, ਓਵਰਆਲ ਓਵਰਆਲ ਮਤਲਬ ਕਿੱਦਾਂ ਦੀ ਜਗ੍ਹਾ 'ਤੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਆ? ਹਿਲ ਸਟੇਸ਼ਨ। ਕਿਉਂ? ਵਹਾਂ ਪੇ ਇੱਕ ਤੋਂ ਵੈਦਰ ਬਹੁਤ ਅੱਛਾ ਹੋਤਾ ਹੈ, ਔਰ ਇੱਕ ਗ੍ਰੀਨਰੀ ਬਹੁਤ ਅੱਛੀ ਹੋਤੀ ਹੈ, ਐਂਡ
घूमने के लिए जगह अच्छी होती है वहाँ पे। नाले तो अपना लाहा निकले आंदा ना मैं भी घूमूंगी उसे बहाने। हाँ बिल्कुल एदा हो जाता। तुहानू केड़ी जगह ते जाके ज्यादा वधिया लगता? मनाली। मनाली ओ तो हिल स्टेशन ते जाके वधिया लगता। ओके सत श्री अकाल जी। किदा जी ठीक हो? हाँ जी बढ़िया। ओके तुसी कित्थों दे हो? असी फिरोजपुर तो आए हैं। फिरोजपुर तो आए हो? ओके ठीक है। ते फैमिली दे नाल बच्चे दे नाल आए हो? हां अपने बच्चे ही है। अच्छा ठीक है। मैं उन्हां नूं भी पुछा तुहानूं भी सेम ही पुछदी आं, जदों बच्चियां नूं किते लैके जाणा हुंदा आ कमाउण ले जाणा किते भी ओवरऑल गल करदी आं कि तुहानूं की लगदा किद्दां दी जगह ते किथे लैके जाणा चाहीदा आ बच्चियां नूं जो उन्हां लई बेनीफिशियल होवे? पहाड़ी इलाके च। पहाड़ी इलाके च क्यों? जांदियां नूं भावें नहीं नहीं अच्छा लगदा। अच्छा लगदा वातावरण अच्छा लगता उतो ना। बच्चियां नु भी होस ठीक है। ए भी ਤੁਹਾਡੇ ਨਾਲ ਹੀ ਨੇ? ਹਾਂਜੀ ਮੇਰੇ। ਇਹਨਾਂ ਨੂੰ ਪੁੱਛਦੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਦਾਂ ਠੀਕ ਹੋ? ਬਹੁਤ ਵਧੀਆ ਤੁਸੀਂ ਸੁਣਾਓ? ਬਹੁਤ ਵਧੀਆ ਤੁਸੀਂ ਠੀਕ ਹੋ? ਬਿਲਕੁਲ ਠੀਕ ਹੈ ਜੀ। ਓਕੇ ਤੁਸੀਂ ਤੁਹਾਡੇ ਨਾਲ ਹੋ ਜੋ। ਮੈਂ ਜਿੱਦਾਂ ਉਹਨਾਂ ਨੂੰ ਵੀ ਪੁੱਛਿਆ ਆ। ਅੱਛਾ ਪਹਿਲਾਂ ਦੱਸੋ ਕੀ ਕਰਦੇ ਹੋ ਤੁਸੀਂ? ਮੈਂ ਇੱਥੇ ਬਾਰਕੋਂ ਸੋ ਪੰਜਾਬ ਹਰਿਆਣਾ ਜਾ ਸੁਪਰੀਟੈਂਡਾ। ਓਕੇ ਤੁਸੀਂ? ਇਹ ਮੇਰੇ ਫਾਦਰ। ਮੈਂ ਫਿਰੋਜ਼ਪੁਰ ਤੋਂ ਹੀ ਮੈਂ ਕੋਰਟ ਚੋਂ ਰਿਟਾਇਰ ਹੋਇਆ। ਰਿਟਾਇਰ ਹੋਇਆ। ਓਕੇ ਜਿੱਦਾਂ ਮੈਂ ਉਹਨਾਂ ਨੂੰ ਪੁੱਛਿਆ ਸੇਮ ਤੁਹਾਨੂੰ ਪੁੱਛਦੀ ਆ ਕਿ ਜਿੱਦਾਂ ਹੁੰਦਾ ਨਾ ਕਿ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਜਾਂ ਆਪਾਂ ਨੂੰ ਹੁੰਦਾ ਕਿ ਬੱਚਿਆਂ ਨੂੰ ਵੀ ਘੁਮਾਉਣਾ ਚਾਹੀਦਾ, ਕਿੱਥੇ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਆ? ਦੇਖੋ ਜੀ ਇਨਕੇ ਫੋਨ ਆਉਣੇ ਪਏ ਚੰਡੀਗੜ੍ਹ ਫਿਰ ਕਸੌਲੀ ਸ਼ਿਮਲਾ ਵਗੈਰਾ ਇਹ ਦੋ ਤਿੰਨ ਵਾਰ ਗਏ ਹਿਮਾਚਲ ਮੈਂ ਕਾਫੀ ਸਮਾਂ ਲਗਾ ਕੇ ਆਏ ਤੇ ਗਏ ਤੇ ਹਮੇ ਵੋ ਹਿਲ ਸਟੇਸ਼ਨ ਬਹੁਤ ਪਸੰਦ ਆਤੇ ਹੈ। ਉਹ ਤੁਹਾਨੂੰ ਪਸੰਦ ਆ ਬੱਚਿਆਂ ਨੂੰ? ਬੱਚਿਆਂ ਨੂੰ ਬਹੁਤ ਪਸੰਦ ਆਤੇ ਜੀ ਬੱਚੇ ਲੈ ਕੇ ਰਹੇ ਬਹੁਤ ਪਸੰਦ ਹੈ। ਕਹਿੰਦੇ ਆ ਕਿ ਜਾਣਾ ਕਿ ਉਹ ਕਿਸੇ ਹੋਰ ਜਗ੍ਹਾ ਦੀ ਡਿਮਾਂਡ ਕਰਦੇ ਆ? ਨਹੀਂ ਜ਼ਿਆਦਾ ਕਰਤੇ ਹਿਲ ਸਟੇਸ਼ਨ ਪੇ ਆ। ਹਾਂ ਵੋ ਮਨਾਲੀ ਪੇ ਬੋਲ ਰਹੀ ਥੀ ਮਨਾਲੀ ਮੇ ਜਾਣਾ ਹੈ। ਮਨਾਲੀ ਕਾ ਬੋਲਾ। ਹਾਂ ਤੋ ਅਬ ਕੋਈ ਕਹਤਾ ਕਸੌਲੀ ਜਾਣਾ ਹੈ ਕੋਈ ਸ਼ਿਮਲਾ ਜਾਣਾ ਹੈ। ਨਾਲੇ ਇਸੇ ਬਹਾਨੇ ਤੁਸੀਂ ਵੀ ਘੁੰਮ ਲੈਂਦੇ ਹੋ। ਵਾਹ ਮਨ ਕੀ ਬੱਚੋ ਕੀ ਮਿਹਰਬਾਨੀ ਹੈ। ਹੁਣ ਕਾ ਹਮੇ ਪਿਆਰ ਮਿਲਾ ਅਸ਼ੀਰਵਾਦ ਹੈ ਹਮਾਰਾ ਇਨਕੇ ਉਪਰ। ਹਾਂ ਤੋ ਹਮੇ ਤੋ ਯੇ ਪਸੰਦ ਬਹੁਤ ਅੱਛਾ ਲਗਾ ਗ੍ਰੀਨਰੀ ਫੀਲਡ ਬਹੁਤ ਪਸੰਦ ਆਇਆ ਮੈਨੂੰ ਤਾਂ ਇਹ ਜੀ। ਅੱਛਾ ਤੁਸੀਂ ਕੀ ਕਹਿੰਦੇ ਹੋ ਕਿ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਚਾਹੀਦਾ ਆ? ਬੱਚਿਆਂ ਨੂੰ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਬਿਜ਼ੀ ਸ਼ਡਿਊਲ ਹੈ ਬੱਚਿਆਂ ਦਾ ਸਟੱਡੀ ਦਾ ਸਟ੍ਰੈਸ ਰਹਿੰਦਾ ਹੈ ਘਰੇ ਰਹਿੰਦੇ ਆ ਪੂਰੇ ਇਨਵਾਇਰਮੈਂਟ ਮਤਲਬ ਪੋਲਿਊਟਡ ਜਾ ਰਿਹਾ ਆਪਣੇ ਹੋਇਆ ਪਿਆ ਥੋੜ੍ਹਾ ਗ੍ਰੀਨ ਏਰੀਆ 'ਚ ਥੋੜ੍ਹਾ ਹਿੱਲ ਥੋੜ੍ਹਾ ਵਾਤਾਵਰਣ ਦਾ ਮਾਹੌਲ 'ਚ ਥੋੜ੍ਹਾ ਸਟ੍ਰੈਸ ਰਿਲੀਫ ਹੋ ਜਾਣ ਹਿਲ ਸਟੇਸ਼ਨ ਥੋੜ੍ਹਾ ਮਤਲਬ ਕਿ ਮਤਲਬ ਅੱਜ ਜੂਨ ਵਗੈਰਾ 'ਚ ਹਿਲ ਸਟੇਸ਼ਨ 'ਤੇ ਰਸ਼ ਬਹੁਤ ਹੁੰਦਾ ਕਰਾਊਡ ਬਹੁਤ ਜ਼ਿਆਦਾ ਉੱਥੇ ਸਫ਼ਰ ਕਰਨਾ ਮੇਰੇ ਹਿਸਾਬ ਨਾਲ ਇਸ ਵਾਰੀ ਮਤਲਬ ਜੂਨ ਦੇ ਮਹੀਨੇ ਹਿਲ ਸਟੇਸ਼ਨ 'ਤੇ ਨਹੀਂ ਜਾਣਾ ਚਾਹੀਦਾ ਮਤਲਬ ਕਿਸੇ ਵਰਕਿੰਗ ਡੇਜ਼ 'ਚ ਤੁਸੀਂ ਮਤਲਬ ਨੋਨ ਸੀਜ਼ਨ 'ਚ ਜਾਓ ਅਤੇ ਜਿਹੜਾ ਤੁਸੀਂ ਨੋਰਮਲ ਡੇਜ਼ 'ਚ ਉੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਅਤੇ ਉਹ ਜਿਹੜਾ ਤੁਸੀਂ ਪਹਾੜਾਂ ਵਾਲਾ ਕੋਟਾ ਇੱਥੇ ਆ ਕੇ ਪੂਰਾ ਕਰ ਲਿਆ? ਨਹੀਂ ਮੈਂ ਤਾਂ ਇੱਥੇ ਹੀ ਰਹਿੰਦਾ ਚੰਡੀਗੜ੍ਹ ਰਹਿੰਦੇ ਪਾਪਾ ਮੰਮੀ ਆਏ ਇੱਥੇ ਆਉਂਦੇ ਰਹਿੰਦੇ ਹੋ ਇੱਥੇ ਮੈਂ ਲਾਉਂਦਾ ਨਾ ਚੱਕਰ ਮਤਲਬ ਲੇਕ ਨਾਲੋਂ ਜ਼ਿਆਦਾ ਸਿਸਵਾ ਬੈਟਰ ਹੈ ਕਿਉਂਕਿ ਲੇਕ 'ਚ ਕਰਾਊਡ ਬਹੁਤ ਹੈ ਹਾਲੇ ਲੋਕਾਂ ਨੂੰ ਇੱਥੇ ਬਾਰੇ ਲੋਕ ਅਵੇਅਰ ਨਹੀਂ ਹੈਗੇ ਇੰਨੇ ਅਵੇਅਰ ਨਹੀਂ ਹੈ ਇੱਥੇ ਹੁਣ ਇੰਨਾ ਕਰਾਊਡ ਨਹੀਂ ਹੈ ਨੋਰਮਲ ਤੁਸੀਂ ਘੁੰਮ ਸਕਦੇ ਹੋ ਲੇਕ ਤੇ ਉੱਪਰ ਦੇ ਉੱਪਰ ਬੰਦਾ ਚੜਿਆ ਆ ਨਾ ਤੁਸੀਂ ਬੋਟਿੰਗ ਕਰ ਸਕਦੇ ਚੰਡੀਗੜ੍ਹ ਜਿੱਦ ਜਾਣਾ ਪਹਿਲਾਂ ਦਿਮਾਗ 'ਚ ਲੇਕ ਹੀ ਆਉਂਦਾ ਹੈ ਪਹਿਲਾਂ ਦਿਮਾਗ 'ਚ ਲੇ ਇੱਧਰ ਲੋਕਾਂ ਨੂੰ ਪਤਾ ਨਹੀਂ ਹੈ ਬਹੁਤ ਲੇਕ ਨਾਲ ਮਤਲਬ ਕਈ ਜਗ੍ਹਾ ਮਤਲਬ ਮੱਚ ਬੈਟਰ ਹੈ ਜਗ੍ਹਾ ਬਿਲਕੁਲ ਬਿਲਕੁਲ ਮਤਲਬ ਪੀਸਫੁਲ ਹੈ ਇਨਵਾਇਰਮੈਂਟ ਬਹੁਤ ਵਧੀਆ ਹੈ ਹੈਲਦੀ ਹੈ ਠੀਕ ਹੈ ਕਿੱਦਾਂ ਜੀ ਠੀਕ ਹੋ ਬਹੁਤ ਵਧੀਆ ਜੀ ਤੁਹਾਡੇ ਹਸਬੰਡ ਨੇ ਫਸਾਤਾ ਆਪ ਉਧਰ ਨੂੰ ਚਲੇ ਗਏ ਉਹੀ ਮੈਂ ਦੇਖ ਰਹੀ ਸੀ ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਗੱਲ ਕਰੋ ਜੇ ਤੁਸੀਂ ਇੱਧਰ ਖੜੇ ਹੁੰਦੇ ਤੇ ਮੈਂ ਅੱਗੇ ਘੁੰਮ ਕੇ ਆਣਾ ਸੀਗਾ ਓਕੇ ਕਿੱਥੋਂ ਦੇ ਹੋ ਚੰਡੀਗੜ੍ਹ ਤੋਂ ਤੇ ਬੈਕਗ੍ਰਾਉਂਡ ਬੈਕਗ੍ਰਾਉਂਡ ਮੇਰੇ ਪੇਰੈਂਟਸ ਬੇਸਿਕਲੀ ਸਨ ਇਨਕਲੇਵ ਤੋਂ ਹੈ ਤੇ ਮੇਰੇ ਹਸਬੰਡ ਚੰਡੀਗੜ੍ਹ ਤੋਂ ਹੈ ਕੀ ਕਰਦੇ ਹੋ ਤੁਸੀਂ ਮੈਂ ਗਵਰਨਮੈਂਟ ਟੀਚਰ ਹਾਂ ਗਵਰਨਮੈਂਟ ਸਾਇੰਸ ਟੀਚਰ ਸਾਇੰਸ ਟੀਚਰ ਮੈਨੂੰ ਯਾਦ ਆ ਸਾਡੀ ਸਾਇੰਸ ਵਾਲੀ ਮੈਡਮ ਸਾਨੂੰ ਬਹੁਤ ਵਧੀਆ ਪੜਾਉਂਦੇ ਹੁੰਦੇ ਸੀ ਪਰ ਅਸੀਂ ਨਲਾਇਕ ਹੁੰਦੇ ਸੀ ਪੜ੍ਹਦੇ ਨਹੀਂ ਹੁੰਦੇ ਸੀਗੇ ਐਕਚੁਅਲੀ ਸਾਇੰਸ ਇਜ਼ ਅ ਵੈਰੀ ਐਕਸਪੈਰੀਮੈਂਟਲ ਸਬਜੈਕਟ ਇਟਸ ਅ ਲੌਜੀਕਲ ਸਬਜੈਕਟ ਯੂ نو ਕਿ ਮਤਲਬ ਅਗਰ ਤੁਸੀਂ ਕੁਝ ਪੜਾਉਂਦੇ ਹੋ ਤਾਂ ਲੌਜੀਕ ਹੁੰਦਾ ਹੈ ਪਿੱਛੇ ਉਹਦਾ ਇੱਕ ਆਨਸਰ ਹੁੰਦਾ ਇੱਕ ਪਾਰਟਿਕੂਲਰ ਮਤਲਬ ਇੱਕ ਰੀਜ਼ਨ ਹੁੰਦਾ ਹੈ ਦੈਟ ਇਜ਼ ਵਾਈ ਆਈ ਲਵ ਸਾਇੰਸ ਸਾਡੀ ਮੈਡਮ ਦਾ ਨਾਮ ਹੀ ਸਰਬਜੀਤ ਕੌਰ ਬੜੇ ਵਧੀਆ ਮੈਡਮ ਸੀਗੇ ਉਹ ਪਰ ਅਸੀਂ ਸਾਰਿਆਂ ਨੇ ਰਵਾਤਾ ਸੀ ਸਾਰੇ ਫੇਲ ਹੋ ਗਏ ਟੱਚਡ ਮੈਂ ਨਾ ਤੁਹਾਨੂੰ ਪੁੱਛਣਾ ਕਿ ਜਦੋਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਕਿਤੇ ਘੁਮਾਉਣਾ ਹੁੰਦਾ ਆ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਦੀਆਂ ਜਗ੍ਹਾ ਤੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਆ ਅਕੋਰਡਿੰਗ ਟੂ ਮੀ ਨੇਚਰ ਕਿਉਂਕਿ ਅੱਜ ਕੱਲ੍ਹ ਜਦੋਂ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਤਾਂ ਬੱਚੇ ਕਿਤੇ ਨਾ ਕਿਤੇ ਉਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਆ ਹੈ ਨਾ ਜਿੱਦਾਂ ਅਸੀਂ ਗੱਲ ਕਰਦੇ ਹਾਂ ਅਗਰ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਤਾਂ ਬੱਚਿਆਂ ਨੂੰ ਜਿਹੜੇ ਵੀਕਐਂਡ ਤੇ ਆਊਟਿੰਗ ਹੈ ਸਿਰਫ ਇੱਕ ਮਾਲਸ ਹੈ ਮਾਰਕੀਟ ਚਲੇ ਜਾਓ ਪਾਰਕਸ ਹੈ ਐਂਡ ਦੈਟਸ ਇਟ ਲੇਕਿਨ ਜਦੋਂ ਆਪਾਂ ਇੱਦਾਂ ਸਪੋਜ਼ ਹੁਣ ਆਪਾਂ ਸਿਸਵਾ ਡੈਮ ਦੀ ਗੱਲ ਕਰੀਏ ਇਟਸ ਅ ਨੇਚਰ ਹੈ ਨਾ ਤੁਹਾਨੂੰ ਪਹਾੜ ਦਿਖਾਈ ਦੇ ਰਿਹਾ ਪਾਣੀ ਹੈ ਬੱਚੇ ਇੱਕ ਖੁੱਲ੍ਹ ਕੇ ਨੇਚਰ ਦੇ ਲਿੰਕ ਦੇ ਵਿੱਚ ਆਉਂਦੇ ਆ ਸੋ ਦਿਸ ਇਜ਼ ਅਕੋਰਡਿੰਗ ਟੂ ਮੀ ਕਿ ਬੈਸਟ ਪੁਆਇੰਟ ਟੂ ਕਮ ਨਾਲੇ ਬੱਚਿਆਂ ਨੂੰ ਪਹਾੜਾ ਪਹੁੜਾ ਚ ਘੁਮਾ ਲਓ ਨਾਲੇ ਆਪਣਾ ਲਾਹਾ ਨਿਕਲ ਆਉਂਦਾ ਕਿੱਦਾਂ ਜੀ ਠੀਕ ਹੋ ਬੜੀਆ ਇੱਕਦਮ ਕਿੱਥੋਂ ਦੇ ਹੋ ਮਾਨਪੁਰਾ ਬੱਦੀ ਹਿਮਾਚਲ ਓਕੇ ਤੇ ਕਰਦੇ ਕੀ ਹੋ ਮੈਂ ਗਵਰਨਮੈਂਟ ਟੀਚਰ ਜੇਬੀਟੀ ਕੀ ਪੜਾਉਂਦੇ ਹੋ
ਬਸ ਚਾਰੇ ਸਬਜੈਕਟ ਪੜ੍ਹਾਈ ਦੇ ਹਿੰਦੀ ਅੰਗਰੇਜ਼ੀ ਮੈਥ ਓਕੇ ਠੀਕ ਹੈ ਛੋਟੇ ਬੱਚਿਆਂ ਨੂੰ ਬੱਚਿਆਂ 'ਚ ਹੀ ਰਹਿੰਦੇ ਹੋ ਤੁਸੀਂ ਫੈਮਿਲੀ ਦੇ ਨਾਲ ਘੁੰਮਣ ਆਏ ਹੋ ਵੈਸੇ ਤੁਸੀਂ ਹਿਮਾਚਲ ਬੋਲਿਆ ਨਾ ਹਿਮਾਚਲ ਤੋਂ ਤੇ ਉੱਥੇ ਵੀ ਪਹਾੜਾਂ 'ਚ ਹੀ ਰਹਿੰਦੇ ਹੋ ਇੱਥੇ ਫਿਰ ਉਹੀ ਵਿਊ ਦੇਖਣ ਆਏ ਹੋ ਹੋਰ ਚੀਜ਼ਾਂ ਰਸ ਨਹੀਂ ਆਉਂਦੀਆਂ ਅਸੀਂ ਗਏ ਸੀ ਚੰਡੀਗੜ੍ਹ ਨੂੰ ਬਾਈ ਸੈਕਟਰ ਕੰਟੀਨ ਗਏ ਸੀ ਫਰਾਂਦੇ ਵੇ ਕਹਿੰਦੇ ਬੱਚੇ ਵੇ ਇੱਥੇ ਘੁੰਮ ਲੈਂਦੇ ਇੱਥੇ ਘੁੰਮ ਲਈਏ ਓਕੇ ਠੀਕ ਹੈ ਮੇਰਾ ਨਾ ਇੱਕੋ ਹੀ ਸਵਾਲ ਆ ਜਾਂ ਤੁਸੀਂ ਵੀ ਬੀਇੰਗ ਅ ਟੀਚਰ ਵੀ ਚੀਜ਼ਾਂ ਨੂੰ ਅਬਜ਼ਰਵ ਕਰਦੇ ਹੋਣੇ ਬੱਚੇ ਜਿਹੜੇ ਆ ਉਹਨਾਂ ਨੂੰ ਕਿੱਦਾਂ ਦੀਆਂ ਜਗ੍ਹਾ 'ਤੇ ਘੁੰਮਾਉਣਾ ਚਾਹੀਦਾ ਆ ਤੁਸੀਂ ਕੀ ਸੋਚਦੇ ਹੋ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਜਾਂ ਓਵਰਆਲ ਕਿਤੇ ਲੈ ਕੇ ਜਾਣਾ ਹੁੰਦਾ ਤਾਂ ਕਿੱਥੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਆ ਇੱਕ ਤਾਂ ਨੇਚਰ ਦੇ ਬਾਰੇ ਬੱਚਿਆਂ ਨੂੰ ਨੈਚੁਰਲ ਚੀਜ਼ਾਂ ਉਹ ਦਿਖਾਉਣੀ ਚਾਹੀਦੀਆਂ ਇੱਕ ਆਪਣਾ ਜੋ ਵਿਰਾਸਤ ਹੈ ਚਾਹੇ ਹਿਮਾਚਲ ਦੀ ਪੰਜਾਬ ਦੀ ਉਹ ਜ਼ਰੂਰ ਦਿਖਾਉਣੀ ਚਾਹੀਦੀ ਹੈ ਜ਼ਰੂਰ ਦਿਖਾਉਣੀ ਜਿੱਦਾਂ ਹੁਣ ਤੁਸੀਂ ਸਕੂਲ ਟੀਚਰ ਹੋ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਹੁੰਦੇ ਤੁਸੀਂ ਗੌਰਮੈਂਟ ਸਾਡੇ ਤਾਂ ਬੱਚੇ ਹੀ ਬਹੁਤ ਹੈ 400-400 ਬੱਚੇ ਕਿੱਥੇ ਬਣਦਾ ਕਿੱਥੇ ਬਣਦਾ ਥੋੜੇ ਥੋੜੇ ਵੀ ਨਹੀਂ ਜਾਂਦੇ ਨਹੀਂ ਬਾਹਰ ਦੇ ਬੱਚੇ ਫਿਰ ਗੌਰਮੈਂਟ ਨਹੀਂ ਕਰਦੇ ਪਹਿਲਾਂ ਲੈ ਜਾਂਦੇ ਸੀ ਫਿਰ ਹੁਣ ਸਟਰੈਂਥ ਬਹੁਤ ਹੋ ਗਈ ਸਕੂਲਾਂ 'ਚ 400-500 12-1200 ਬੱਚੇ ਵੀ ਸਾਡੇ 13-13 ਅਸੀਂ ਇੱਕ ਕਹਿੰਦਾ ਕਾਮੇਡੀ ਸ਼ੋਅ ਕਰੀਦਾ ਉਹਦੇ ਵਿੱਚ ਅਸੀਂ ਇੱਕ ਵਾਰੀ ਪੰਚ ਮਾਰਿਆ ਸੀਗਾ ਕਿ ਟੀਚਰ ਨਾ ਆਪਣੀ ਸੁੱਖਣਾ ਸੁੱਖੀ ਹੁੰਦੀ ਬੱਚਿਆਂ ਨੂੰ ਕਹਿੰਦੇ ਇੰਨੇ ਪੈਸੇ ਪਾਓ ਤੇ ਸੁੱਖਣਾ ਆਪਣੀ ਲਾਇਆ ਹੁੰਦੇ ਹੁਣ ਨਹੀਂ ਆਉ ਕੰਮ ਹੁਣ ਤਾਂ ਪਾਰਦਰਸ਼ੀ ਦਾ ਬਹੁਤ ਹੋ ਗਿਆ ਹੁਣ ਨਹੀਂ ਆਉ ਕੰਮ ਹੁਣ ਨਹੀਂ ਓਕੇ ਅੱਛਾ ਠੀਕ ਆ ਬੱਚਿਆਂ ਨੂੰ ਮਤਲਬ ਗ੍ਰੀਨਰੀ ਦਿਖਾਉਣੀ ਚਾਹੀਦੀ ਵਿਰਾਸਤ ਚੀਜ਼ਾਂ ਦਿਖਾਉਣੀ ਚਾਹੀਦੀ ਬੱਚਿਆਂ ਨੂੰ ਹੁਣ ਸਾਡੇ ਇੱਥੇ ਦੇ ਪ੍ਰਵਾਸੀ ਨੇ ਸਾਰੇ ਹਾਂ ਬਿਲਕੁਲ ਕੋਈ ਚੱਕਰ ਕਿੱਦਾਂ ਜੀ ਠੀਕ ਹੋ ਹਾਂਜੀ ਬੜੀਆ ਕਿੱਥੋਂ ਦੇ ਹੋ ਹਮ ਪੰਚਕੂਲਾ ਸੇ ਆਏ ਹਾਂ ਤੇ ਬੈਕਗ੍ਰਾਉਂਡ ਬੈਕਗ੍ਰਾਉਂਡ ਵੀ ਪੰਚਕੂਲਾ ਕੀ ਕਰਦੇ ਹੋ ਹਾਊਸਵਾਈਫ ਹਾਊਸਵਾਈਫ ਤੁਸੀਂ ਕਿਹੜੀ ਕਲਾਸ 'ਚੋਂ ਸੈਕਿੰਡ ਸੈਵਨਥ ਫਸਟ ਫਸਟ 'ਚੋਂ ਓਕੇ ਠੀਕ ਹੈ ਮੈਂ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਜਿੱਦਾਂ ਹੁਣ ਛੁੱਟੀਆਂ ਹੋਈਆਂ ਬੱਚਿਆਂ ਨੂੰ ਹਨਾ ਜਾਂ ਜਦੋਂ ਵੀ ਕਿਤੇ ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਦੀ ਜਗ੍ਹਾ 'ਤੇ ਜਾਂ ਕਿੱਥੇ ਬੱਚਿਆਂ ਨੂੰ ਘੁੰਮਾਉਣਾ ਚਾਹੀਦਾ ਆ ਜਹਾਂ ਪੇ ਹਮ ਇੰਜੋਏ ਕਰ ਸਕੇ ਔਰ ਮਤਲਬ ਅੱਛਾ ਏਰੀਆ ਕਲੀਨ ਏਰੀਆ ਹੋ ਔਰ ਬੱਚੋਂ ਕੇ ਲਈ ਖੇਲਣੇ ਕੀ ਜਗ੍ਹਾ ਹੋ ਮਤਲਬ ਅੱਛਾ ਨੈਚੁਰਲ ਸਾ ਇਨਵਾਇਰਮੈਂਟ ਹੋ ਵਹਾਂ ਪੇ ਠੀਕ ਹੈ ਜੀ ਤੇ ਤੁਸੀਂ ਕਿੱਦਾਂ ਦੀ ਜਗ੍ਹਾ 'ਤੇ ਘੁੰਮਣਾ ਪਸੰਦ ਕਰਦੇ ਜਦੋਂ ਛੁੱਟੀ ਹੁੰਦੀ ਜਾਂ ਛੁੱਟੀਆਂ ਹੁੰਦੀਆਂ ਐਡਵੈਂਚਰਸ ਜਿਵੇਂ ਕਿ ਜੈਸੇ ਹੋਪ ਅਪ ਵਗੈਰਾ ਮੈਂ ਐਡਵੈਂਚਰ ਪਾਰਕ ਐਡਵੈਂਚਰ ਸੀਨ ਵਗੈਰਾ ਹੈ ਓਨਰ ਅੱਛਾ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਜਾਣਾ ਪਸੰਦ ਕਰਦੇ ਹੋ ਕਹਾਂ ਜਾਣਾ ਪਸੰਦ ਕਰਦੇ ਹੋ ਹਾਪ ਅਪ ਓਕੇ ਵਾਟਰ ਪਾਰਕ ਵੀ ਗਏ ਹੋ ਨਹੀਂ ਅਭੀ ਨਹੀਂ ਗਏ ਕਿਉਂ ਨਹੀਂ ਗਏ ਲੇਕਿਨ ਕਿਉਂਕਿ ਮੇਰੀ ਦੀਦੀ ਲੈ ਕੇ ਨਹੀਂ ਗਈ ਕਿਉਂ ਨਹੀਂ ਲੈ ਕੇ ਗਈ ਡਿਮਾਂਡ ਕਰੋ ਮੈਨੂੰ ਕਿਉਂਕਿ ਮੇਰਾ ਟ੍ਰਿਪ ਖਾ ਹੀ ਗਿਆ ਥਾ ਪਿਕਨਿਕ ਤੇ ਓਕੇ ਆਪ ਕਹਾਂ ਜਾਣਾ ਪਸੰਦ ਕਰਦੇ ਹੋ ਮੈਂ ਸਕਾਈ ਜੰਪਰ ਓਕੇ ਕੀ ਹੈ ਕਭੀ ਔਰ ਮੈਨੂੰ ਵੀ ਸਕਾਈ ਜੰਪਰ ਹੀ ਪਸੰਦ ਹੈ ਕੀ ਕਭੀ ਹਾਂ ਸਕਾਈ ਜੰਪਰ ਕਿੱਦਾਂ ਜੀ ਠੀਕ ਹੋ ਹਾਂਜੀ ਕਿੱਥੋਂ ਦੇ ਹੋ ਇੱਥੋਂ ਲੋਕਲੀ ਤੇ ਬੈਕਗ੍ਰਾਉਂਡ ਸ਼ਾਹਕੋਟ ਜਲੰਧਰ ਓ ਮੈਂ ਵੀ ਜਲੰਧਰ ਤੋਂ ਹਾਂ ਦੈਟਸ ਗੁੱਡ ਕੀ ਕਰਦੇ ਹੋ I am GNM nursing holder and but now I am doing stitching okay and parlor theek hai ji okay main na matlab ki itthe pehla aaye ho वैसे siswan ji okay theek hai ki badhiya lagda itthe views nature peaceful environment ਓਕੇ ਮੈਂ ਨਾ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਆ ਜਦੋਂ ਅਸੀਂ ਬੱਚਿਆਂ ਨੂੰ ਦੇਖਦੇ ਹਾਂ ਆਪਣੀ ਰਿਸ਼ਤੇਦਾਰੀ 'ਚ ਜਾਂ ਟੱਬਰ ਦੇ ਵਿੱਚ ਸਾਡੇ ਬੱਚੇ ਹੁੰਦੇ ਆ ਉਹਨਾਂ ਨੂੰ ਘੁੰਮਾਉਣਾ ਹੁੰਦਾ ਆ ਹੈ ਨਾ ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਨੂੰ ਕਿੱਥੇ ਜ਼ਿਆਦਾ ਘੁੰਮਾਉਣਾ ਚਾਹੀਦਾ ਆ ਲੈ ਕੇ ਜਾਣਾ ਚਾਹੀਦਾ ਆ ਐਡਵੈਂਚਰ ਏਰੀਆਸ ਜਿਵੇਂ ਜਿੱਥੇ ਐਕਟੀਵਿਟੀਜ਼ ਹੋਣ ਬੱਚੇ ਫੁੱਲੀ ਇੰਜੋਏ ਕਰਦੇ ਆ ਲਾਈਕ ਬੋਟਿੰਗ ਔਰ ਕਲਾਈਂਬਿੰਗ ਨਾਲ ਨਾਲ ਫਿਰ ਜਿਹੜੀਆਂ ਮੰਮੀਆਂ ਹੁੰਦੀਆਂ ਟੱਬਰ ਹੁੰਦਾ ਉਹ ਵੀ ਲਾਹਾ ਲੈ ਲੈਂਦੇ ਹਾਂਜੀ ਆਫਕੋਰਸ ਤੁਸੀਂ ਲੈਣੇ ਇੱਦਾਂ ਬੱਚਿਆਂ ਦੇ ਨਾਲ ਲਾਹਾ ਡਿਮਾਂਡ ਆਪਣੀ ਹੋਵੇ ਤੇ ਘਰਦਿਆਂ ਨੂੰ ਕਹਿ ਦਈਏ ਨਹੀਂ ਬੱਚਿਆਂ ਨੂੰ ਡਿਪੈਂਡ ਕਰਦਾ ਕੀ ਡਿਪੈਂਡ ਕਰਦਾ ਨੇਚਰ ਓਕੇ ਜੀ ਠੀਕ ਹੈ ਜੀ ਕਿੱਦਾਂ ਜੀ ਠੀਕ ਹੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਦੇ ਹੋ ਆਪਾਂ ਲੋਕਲੀ ਹਾਂ ਜੀ ਬੈਕਗ੍ਰਾਉਂਡ ਬੈਕਗ੍ਰਾਉਂਡ ਵੀ ਲੋਕਲੀ ਹੈ ਜੀ ਪੰਜਾਬ ਤੋਂ ਅੱਛਾ ਪੰਜਾਬ ਤੋਂ ਕਿੱਥੋਂ ਬੜੋਦੀ ਪਿੰਡ ਹੈ ਜੀ ਆਪਣਾ ਠੀਕ ਹੈ ਜੀ ਤੇ ਕਰਦੇ ਕੀ ਹੋ ਆਪਾਂ ਜੋਬ ਕਰਦੇ ਹਾਂ ਇੱਥੇ ਆਪਣਾ ਇੱਥੇ ਜੋਬ ਕਰਦੇ ਹੋ ਹਾਂਜੀ ਹਾਂਜੀ ਬੋਟਿੰਗ ਅੱਛਾ ਜ਼ਿਆਦਾ ਰਸ਼ ਕਦੋਂ ਹੁੰਦਾ ਜਦੋਂ ਤੁਸੀਂ ਆ ਜਾਂਦੇ ਹੋ ਮੈਂ ਤਾਂ ਆਈ ਪਹਿਲੀ ਵਾਰੀ ਤਾਂ ਹੀ ਤਾਂ ਰਸ਼ ਆਇਆ ਜੀ ਨਹੀਂ ਵੈਸੇ ਪੁੱਛਦੀ ਆ ਵੀਕਐਂਡ ਤੇ ਹੁੰਦਾ ਆ ਕਿ ਉਦਾਂ ਹਾਂਜੀ ਸ਼ਨੀਵਾਰ ਐਤਵਾਰ ਹਾਂਜੀ ਜਰੂਰ ਮੈਂ ਨਾ ਜਿੱਦਾਂ ਸਾਰਿਆਂ ਨੂੰ ਸਵਾਲ ਪੁੱਛਦੀ ਆ ਮੈਰਿਡ ਹੋ ਤੁਸੀਂ ਨਹੀਂ ਨਹੀਂ ਅਨਮੈਰਿਡ ਓਕੇ ਮੈਂ ਪੁੱਛਦੀ ਆ ਜਿੱਦਾਂ ਚਲੋ ਤੁਹਾਡੀ ਫੈਮਿਲੀ 'ਚ ਵੀ ਬੱਚੇ ਹੋਣੇ ਆ ਜਾਂ ਰਿਲੇਟਿਵਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਆ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਕਿੱਥੇ ਜ਼ਿਆਦਾ ਘੁੰਮਾਉਣਾ ਚਾਹੀਦਾ ਜਾਂ ਲੈ ਕੇ ਜਾਣਾ ਚਾਹੀਦਾ ਜਦੋਂ ਛੁੱਟੀਆਂ ਹੁੰਦੀਆਂ ਜਾਂ ਕਿਤੇ ਲੈ ਕੇ ਜਾਣਾ ਹੁੰਦਾ ਇਸ ਟਾਈਮ ਤਾਂ ਜੀ ਆਪਾਂ ਸੀਰੀਅਸਲੀ ਕਹੀਏ ਜੀ ਵੀਕਐਂਡ ਦੇ ਲੋਕ ਬਾਹਰ ਹੀ ਮਨਾਉਂਦੇ ਆ ਤੇ ਵੈਸੇ ਤਾਂ ਜ਼ਿਆਦਾਤਰ ਆਪਾਂ ਨੂੰ ਜਾਣਾ ਚਾਹੀਦਾ ਕੁਛ
ਮਤਲਬ ਜਿੱਥੇ ਬੱਚੇ ਨੂੰ ਨੌਲੇਜ ਪਵੇ ਜਿੱਦਾਂ ਕਿ ਗੁਰਦੁਆਰੇ ਲੈ ਜਾਓ ਉਹਨਾਂ ਨੂੰ ਸ਼ਹੀਦੀ ਬੱਚਿਆਂ ਬਾਰੇ ਆਪਣੇ ਚਾਰ ਸਾਹਿਬਜ਼ਾਦਿਆਂ ਬਾਰੇ ਦੱਸਿਆ ਜਾਵੇ ਗੁਰਦੁਆਰਿਆਂ ਵੱਲ ਲਿਜਾਇਆ ਜਾਵੇ ਇਸ ਧਾਰਮਿਕ ਸਥਾਨ ਤੇ ਮਤਲਬ ਕਿਸੇ ਗੁਰੂ ਦੇ ਲੜ ਲਾਇਆ ਜਾਵੇ ਤਾਂ ਚੰਗੀ ਗੱਲ ਇਤਿਹਾਸ ਦੇ ਬਾਰੇ ਪਤਾ ਲੱਗੇ ਇਤਿਹਾਸ ਦੇ ਬਾਰੇ ਹਾਂ ਜੀ ਹਾਂ ਮਤਲਬ ਆਪਣਾ ਇੱਦਾਂ ਹੀ ਮਤਲਬ ਕੁਛ ਇੱਦਾਂ ਅੱਗੇ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕੀ ਹੋਇਆ ਸੀ 84 ਆਪਣੇ ਕੀ ਕੁਛ ਹੋਇਆ ਸਭ ਕੁਛ ਪਤਾ ਲੱਗਣਾ ਚਾਹੀਦਾ ਇਹ ਨਹੀਂ ਹੁੰਦਾ ਕਿ ਛੁੱਟੀਆਂ ਦਾ ਮਤਲਬ ਹੈ ਕਿ ਵੀਕਐਂਡ ਦੇ ਬੱਚਿਆਂ ਨੇ ਪੜ੍ਹਾਈ ਤੋਂ ਛੁਡਾ ਕੇ ਹੁਣ ਘੁੰਮਾਉਣ ਲੈ ਜਾਓ ਇੰਜੋਏ ਕਰੋ ਇਹ ਚੀਜ਼ ਦਾ ਚਲੋ ਇਹ ਵੀ ਕਰਨੀ ਚਾਹੀਦੀ ਪਰ ਕੋਈ ਟਾਈਮ ਹੁੰਦਾ ਕੋਈ ਹੁੰਦੀ ਲਿਮਿਟ ਹੁੰਦੀ ਹੁਣ ਆਪਾਂ ਇੱਕ ਮਹੀਨਾ ਹੈ ਆਪਣੇ ਕੋਲ ਛੁੱਟੀਆਂ ਮੰਥਲੀ ਮਿਲਦੀਆਂ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਘੁਮਾਈ ਜਾਈਏ ਤੇ ਬੱਚਿਆਂ ਨੂੰ ਨਹੀਂ ਦੱਸਿਆ ਫਿਰ ਬੱਚਾ ਅਗਲੇ ਨੂੰ ਆਉਣ ਵਾਲੀ ਪੀੜ੍ਹੀ ਨੂੰ ਛੁੱਟੀਆਂ ਦਾ ਵੀ ਲਾਹਾ ਲੈਣਾ ਚਾਹੀਦਾ ਚਲੋ ਜੇ ਸਕੂਲਾਂ 'ਚ ਨਹੀਂ ਉਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਤਾਂ ਸਾਨੂੰ ਉੱਦਾਂ ਕਮਾਉਣੀ ਪੰਜਾਬੀ ਨਾਲ ਹੁਣ ਪੰਜਾਬੀ ਨਾਲ ਚੱਲ ਹੀ ਰਿਹਾ ਜੀ ਬੱਚੇ ਬਹੁਤ ਫੇਲ ਹੋ ਰਹੇ ਨੇ ਪੰਜਾਬੀ 'ਚੋਂ ਹਾਂਜੀ ਹਾਂਜੀ ਆਪਾਂ ਨੂੰ ਪੰਜਾਬੀ ਸਿਖਾਉਣੀ ਚਾਹੀਦੀ ਬੱਚਿਆਂ ਨੂੰ ਕਾਫੀ ਡਰ ਇਸ ਟਾਈਮ ਇੱਥੇ ਵੀ ਲੋਕ ਪੰਜਾਬੀ ਦੇ ਮਤਲਬ ਘੱਟ ਹੀ ਜਾਣਦੇ ਜਿਹੜੇ ਯਹਾਂ ਪੇ ਜ਼ਿਆਦਾ ਹਿੰਦੀ ਵਾਲੇ ਆਤੇ ਨਾ ਉਹ ਕੀ ਕਰੀਏ ਜੀ ਮਾਤੜ ਵਜਾਰੇ ਹੁਣ ਅੱਛਾ ਠੀਕ ਹੈ ਕਿੱਦਾਂ ਜੀ ਠੀਕ ਹੋ ਹਾਂਜੀ ਜੀ ਕਿੱਥੋਂ ਦੇ ਹੋ ਅਸੀਂ ਕਪੂਰਥਲਾ ਓਕੇ ਤੁਸੀਂ ਕਿੱਦਾਂ ਠੀਕ ਹੋ ਹਾਂਜੀ ਠੀਕ ਤੁਸੀਂ ਵੀ ਕਪੂਰਥਲੇ ਤੋਂ ਨਹੀਂ ਅਸੀਂ ਖਰੜ ਤੋਂ ਆ ਜੀ ਓਕੇ ਕੀ ਕਰਦੇ ਹੋ ਆਪਣਾ ਆਰੋ ਦਾ ਕੰਮ ਹੈ ਜੀ ਟ੍ਰਾਈ ਸਿਟੀ ਵਿੱਚ ਠੀਕ ਹੈ ਜੀ ਤੇ ਤੁਸੀਂ ਹਾਊਸਵਾਈਫ ਹਾਂਜੀ ਠੀਕ ਹੈ ਤੇ ਇੱਥੇ ਸਿਸਵਾ ਪਹਿਲਾਂ ਵੀ ਆਏ ਹੋ ਕਿ ਪਹਿਲੀ ਵਾਰ ਆਏ ਹੋ ਫਸਟ ਟਾਈਮ ਕਿੱਦਾਂ ਦਾ ਲੱਗਿਆ ਇੱਥੇ ਬਹੁਤ ਵਧੀਆ ਕਿੱਥੇ ਸੁਣਿਆ ਸੀਗਾ ਆਪਣੇ ਇੱਥੇ ਹੀ ਆ ਕੇ ਸੁਣਿਆ ਇੱਥੇ ਆ ਕੇ ਸੁਣਿਆ ਹਾਂਜੀ ਓਕੇ ਠੀਕ ਹੈ ਇੱਥੇ ਸਭ ਤੋਂ ਵਧੀਆ ਕੀ ਲੱਗਾ ਨੇਚਰ ਵਧੀਆ ਲੱਗਾ ਹਾਂਜੀ ਓਕੇ ਤੇ ਤੁਸੀਂ ਪਹਿਲਾਂ ਆਏ ਸੀ ਇੱਥੇ ਮੈਂ ਆਉਂਦਾ ਹੀ ਰਹਿੰਦਾ ਜੀ ਇੱਥੇ ਓਕੇ ਤੇ ਤੁਹਾਨੂੰ ਇੱਥੇ ਕੀ ਵਧੀਆ ਲੱਗਦਾ ਡਰਿੰਕ ਕਰਨਾ ਜੀ ਡਰਿੰਕ ਕਰਨਾ ਹਾਂਜੀ ਇੱਥੇ ਆ ਕੇ ਡਰਿੰਕ ਕਰਦੇ ਹੋ ਤੁਸੀਂ ਕਰ ਲਈ ਦੀ ਗੱਡੀ 'ਚ ਬਹਿ ਕੇ ਕਦੀ ਕਦੀ ਕਰ ਲਈ ਦੀ ਓਕੇ ਠੀਕ ਹੈ ਨਾਲ ਨੇਚਰ ਇੰਜੋਏ ਕਰਦੇ ਹੋ ਬਿਲਕੁਲ ਹਾਂਜੀ ਵਿਊ ਇੰਜੋਏ ਕਰਦੇ ਹੋ ਲਾਈਫ ਨੂੰ ਇੰਜੋਏ ਕਰਨਾ ਇੱਦਾਂ ਦਾ ਕਿਹੜਾ ਹੈ ਤੁਸੀਂ ਇੱਥੇ ਆ ਕੇ ਡਰਿੰਕ ਕਰਦੇ ਹੋ ਨੇਚਰ ਨੂੰ ਇੰਜੋਏ ਕਰਦੇ ਹੋ ਕੀ ਇੱਦਾਂ ਦਾ ਦੁੱਖ ਗਮ ਜਿਹੜਾ ਭਰਿਆ ਬਸ ਜੀ ਘਰ ਵਾਲੇ ਦੁਖੀ ਕਰਦੇ ਬੰਦੇ ਰਹਿ ਜਾਂਦੇ ਘਰ ਵਾਲੇ ਕਿ ਉਹਨੂੰ ਬਿਹਾਰੀ ਪਾ ਦਈਏ ਘਰ ਵਾਲੀ ਦੋਨਾਂ ਦਾ ਨਾਮ ਲੈ ਦਿੰਦੇ ਇੱਦਾਂ ਦਾ ਕੀ ਦੁਖੀ ਕਰ ਦਿੰਦੇ ਹੈ ਬਹੁਤ ਕਦੀ ਕਦੀ ਆਪਸ ਦੇ ਵਿੱਚ ਹੀ ਲੱਗ ਪੈਂਦੇ ਉਹ ਤਾਂ ਸਾਰਿਆਂ 'ਚ ਹੀ ਹੁੰਦਾ ਫਿਰ ਬੰਦਾ ਕੀ ਕਰੇ ਹੁਣ ਤੇ ਜਨਾਨੀ ਕੀ ਕਰੇ ਬੰਦਾ ਤਾਂ ਪੀ ਕੇ ਰੱਜ ਜਾਂਦਾ ਮੈਂ ਤਾਂ ਕਹਿੰਦਾ ਨਾਲ ਬਹਿ ਜਾ ਕਰ ਉਹ ਪੀਂਦੀ ਨਹੀਂ ਹੈਗੀ ਹੁਣ ਦੱਸੋ ਚਲੋ ਜੀ ਦਾਰੂ ਨਹੀਂ ਪੀਣੀ ਚਾਹੀਦੀ ਖਤਰਨਾਕ ਹੁੰਦੀ ਮੇਰਾ ਸਵਾਲ ਇਹ ਹੈ ਕਿ ਤੁਸੀਂ ਬੱਚਿਆਂ ਦੇ ਨਾਲ ਫੈਮਿਲੀ ਦੇ ਨਾਲ ਇੱਧਰ ਘੁੰਮਣ ਆਏ ਹੋ ਤੇ ਤੁਹਾਨੂੰ ਕੀ ਲੱਗਦਾ ਜਦੋਂ ਬੱਚਿਆਂ ਨੂੰ ਕਿਤੇ ਘੁਮਾਉਣਾ ਹੁੰਦਾ ਜਾਂ ਬੱਚਿਆਂ ਨੂੰ ਕਿਤੇ ਵੀ ਲੈ ਕੇ ਜਾਣਾ ਹੁੰਦਾ ਤਾਂ ਕਿਹੜੀਆਂ ਜਗ੍ਹਾ ਜਿੱਥੇ ਲਿਜਾਣਾ ਚਾਹੀਦਾ ਆ ਬੱਚਿਆਂ ਨੂੰ ਜਿੱਥੇ ਵਿਊ ਸੋਹਣੇ ਹੋਣ ਔਰ ਜਿੱਥੇ ਜਾ ਕੇ ਬੱਚਾ ਆਪ ਕੋਈ ਐਕਟੀਵਿਟੀ ਕਰ ਸਕੇ ਓਕੇ ਹਾਂਜੀ ਤਾਂ ਕਿ ਬੱਚਿਆਂ ਦੀ ਸਿਹਤ ਤੇ ਵੀ ਚੰਗਾ ਅਸਰ ਪੈਂਦਾ ਔਰ ਉਹ ਦੇਖਦੇ ਆ ਤੇ ਉਹਨਾਂ ਨੂੰ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਠੀਕ ਹੈ ਜੀ ਤੇ ਤੁਸੀਂ ਕੀ ਸੋਚਦੇ ਹੋ ਕਿ ਕਿੱਥੇ ਮਤਲਬ ਕਿ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਆ ਬੱਚੇ ਤਾਂ ਜੀ ਖੁੱਲੀ ਡੁੱਲੀ ਜਗ੍ਹਾ ਮੰਗਦੇ ਆ ਜਿਸ ਤਰ੍ਹਾਂ ਕਿ ਇੱਥੇ ਸਪੇਸ ਹੈ ਨੇਚਰ ਵੀ ਹੈਗੀ ਆਕਸੀਜਨ ਕਾਫੀ ਅੱਛੀ ਹੈਗੀ ਹੈ ਬੱਚੇ ਬਸ ਹੁਣ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਇਹ ਵੀ ਨਹੀਂ ਮਾਰਨੋਂ ਹਟਦੇ ਹੈਗੇ ਇੰਜੋਏ ਕਰ ਰਹੇ ਆ ਬੱਚੇ ਮਾਰਨਾ ਹੋਰ ਕੌਣ ਮਾਰਦਾ ਬਸ ਇਹੀ ਮਾਰਦੇ ਆ ਜੀ ਹੋਰ ਕੌਣ ਮਾਰਦੇ ਅੱਛਾ ਠੀਕ ਹੈ ਭਈਆ ਆਪ ਕਹਾਂ ਸੇ ਹੋ ਉੱਤਰਾਖੰਡ ਕਾ ਉੱਤਰਾਖੰਡ ਸੇ ਔਰ ਯਹਾਂ ਕਿਤਨਾ ਵਕਤ ਹੋ ਗਿਆ ਰਹਤੇ ਹੋ ਦੋ ਸਾਲ ਯਹਾਂ ਆਪ ਰੋਜ਼ ਆਤੇ ਹੋ ਮੱਛਲੀ ਪਕੜਨੇ ਹਾਂ ਰੋਜ਼ ਕਿਤਨੀ ਬੜੀ ਹੋਤੀ ਮੱਛਲੀ 8 किलो 9 किलो 10 किलो है आपकी कश्ती भारी हो जाती होगी फिर नहीं नहीं अभी एक फंसा है उनका अच्छा। फंसा है करीबन 5 किलो 6 किलो का हां आपका पूरा परिवार यही रहता है ना मैं अकेला आप अकेले रहते हो और फैमिली परिवार वो रुद्रपुर में वही हां कितनी देर बाद जाते हो आप वहां पे एक महीना डेढ़ महीना बाद चल जाता है अच्छा और ये जो आप यहां पे मछली पकड़ते हो फिर वो बेचते हो क्या करते हो यहाँ ठेकेदार है ठेकेदार का अंदर मरता हूँ मछली अच्छा एक मछली का कितना देते हैं वो आपको एक मछली का नहीं एक किलो मछली का हाँ। उन्होंने 40 रुपए देता है हमें अच्छा ठीक है तो आप खुद से नहीं बेचते अलग से बेच नहीं सकते ना क्यों वो उसका है ना ठेका उनका है अच्छा ये कश्ती वगैरह उनकी है सब भी सब उनका है अच्छा आप यहाँ पे रोजगार के लिए आए हो हाँ रोजगार के लिए आया ठीक है यहाँ पे मछली है और क्या क्या है यहाँ पे ऐसा हिरन विरन है बतख वतख है चिड़िया विड़िया और क्या है अच्छा हिरन कब आते हैं बाहर अभी आने वाला है आने वाले वो बतख जी भी आते हैं बीच हां आगे आएंगे वहां पे हां वो बोलिए खाली जगह वो जहां कार शो घास दिखाई दे रहा है अच्छा वहां पे आएगा कितने बजे मतलब किस वक्त आते हैं जब अभी 7:15 हुए हैं अभी आएंगे वो ਚਲੋ ਸੋ ਪ੍ਰਾਈਮ ਵਿਊਜ਼ ਪ੍ਰੋਗਰਾਮ ਤੁਸੀਂ ਦੇਖ ਰਹੇ ਸੀ ਮੈਂ ਇੱਥੇ ਜੈਕਟਾਂ ਜੁਕਟਾਂ ਲਾਈਫ ਜੈਕਟ ਜਿਹਨੂੰ ਕਹਿੰਦੇ ਆ ਪਾ ਕੇ ਆ ਗਈ ਹਾਂ ਬੋਟਿੰਗ ਕਰਨ ਦੇ ਲਈ ਨਾਲ ਮੇਰੀ ਪੂਰੀ ਟੀਮ ਆ
ਤੇ ਪ੍ਰੋਗਰਾਮ ਜਿਹੜਾ ਅੱਜ ਦਾ ਮੇਰਾ ਟੌਪਿਕ ਸੀਗਾ ਉਹਦੇ 'ਚ ਮੈਂ ਪੁੱਛਿਆ ਸੀਗਾ ਕਿ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਜਾਂ ਤੁਸੀਂ ਬੱਚਿਆਂ ਨੂੰ ਕਿਤੇ ਘੁੰਮਾਉਣ ਲੈ ਕੇ ਜਾਣਾ ਹੁੰਦਾ ਤਾਂ ਕਿੱਦਾਂ ਦੀਆਂ ਜਗ੍ਹਾ 'ਤੇ ਲੈ ਕੇ ਜਾਣਾ ਚਾਹੀਦਾ ਆ? ਇਹ ਸੇਮ ਕੁਐਸਚਨ ਮੈਂ ਤੁਹਾਨੂੰ ਵੀ ਪੁੱਛਦੀ ਹਾਂ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਕਮੈਂਟ ਕਰਕੇ ਦੱਸੋ, ਜੇ ਪ੍ਰੋਗਰਾਮ ਵਧੀਆ ਲੱਗਿਆ ਉਹਨੂੰ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ। ਹੁਣ ਮੈਨੂੰ ਨੀਲਮ ਕੁਈ ਨੂੰ ਦਿਓ ਇਜਾਜ਼ਤ, ਤੁਸੀਂ ਦੇ ਦਿਓ ਪ੍ਰਾਈਮੀ ਸ਼ੈਡੀ ਵੀ ਤੁਹਾਡਾ ਆਪਣਾ ਤੁਹਾਡੇ ਲਈ, ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ। ਮੈਂ ਵੀ ਪੈਂਡਲ ਮਾਰ ਲਾਂ, ਖੱਲੀਆਂ ਪੈ ਜਾਣੀਆਂ ਨਾਲ ਦਿਆਂ ਦੇ।